ਸ਼ੁਰੂ ਤੋਂ ਹੀ ਖੇਡਾਂ ਦਾ ਮਾਹੌਲ ਹੋਣ ਕਰਕੇ ਪਿਤਾ ਜੀ ਕਬੱਡੀ ਖੇਡਦੇ ਸੀ ਅਤੇ ਭੂਆ ਜੀ ਦਾ ਲੜਕਾ ਸੀ ਭਲਵਾਨੀ ਕਰਦਾ ਸੀ ਅਤੇ ਉਹਨਾਂ ਦੇ ਨਾਲ ਨਾਲ ਹੀ ਜਿੱਦਾਂ ਦਾ ਮਾਹੌਲ ਮਿਲਿਆ ਬਚਪਨ 'ਚ ਕਸਰਤਾਂ ਅਤੇ ਕੁਛ ਨਾ ਕੁਛ ਕਰਦੇ ਰਹਿਣਾ ਤਾਂ ਲੱਗਿਆ ਵੀ ਹੈਂਡੀਕ੍ਰਾਫਟ ਦੀਆਂ ਅਲੱਗ ਹੁੰਦੀਆਂ ਨੇ। ਪਰਮਿੰਦਰ ਭਾਅ ਜੀ ਜੋ ਕਿ PAP 'ਚ ASI ਉਹਨਾਂ ਨਾਲ ਮਿਲਿਆ, ਉਹਨਾਂ ਨੇ ਦੱਸਿਆ। ਉਸ ਤੋਂ ਬਾਅਦ 2009 ਤੋਂ ਲਗਾਤਾਰ ਪੈਰਾਲੰਪਿਕ ਪੰਜਾਬ ਵੱਲੋਂ ਖੇਡ ਰਹੇ ਹਾਂ ਜੀ। ਜਾਣੀ ਕਿ ਪਹਿਲਾਂ ਬੜਾ ਔਖਾ ਰਿਹਾ, ਪ੍ਰੈਕਟਿਸ ਦੀ ਗੱਲ ਕਰੀਏ ਪ੍ਰੈਕਟਿਸ ਮਲੇਰਕੋਟਲੇ ਹਰਮਿੰਦਰਪਾਲ ਸਿੰਘ ਜੀ ਘੁੰਮਣ ਉਹਨਾਂ ਕੋਲ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰੀਆਂ ਟਰੱਸਟ ਪੰਜਾਬ ਦੀ ਸਮੁੱਚੀ ਟੀਮ ਪਹੁੰਚੀ ਹੈ ਮਾਵੀ ਦਸਤਾਰ ਅਕੈਡਮੀ ਮੋਹਾਲੀ। ਸੋ ਆਓ ਅੱਜ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਦਸਤਾਰ ਖੇਤਰ ਦੇ ਅੰਤਰਰਾਸ਼ਟਰੀ ਕੋਚ ਸਰਦਾਰ ਬੇਅੰਤ ਸਿੰਘ ਮਾਵੀ ਇੱਕ ਹੱਥ ਦੇ ਨਾਲ ਕਿਵੇਂ 15 ਲੜਾਂ ਲਈ ਪੱਗ ਸਜਾਉਂਦੇ ਹੈ। ਵਾਹਿਗੁਰੂ।
वाहे गुरु 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 वाहे गुरु 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 वाहे गुरु 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 वाहे गुरु वाहे गुरु गुरु वाहे गुरु 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 वाहे गुरु गुरु वाहे 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 गुरु पग बनने का शौक मैं बचपन तो ही ਕਿਉਂਕਿ ਗੁਰੂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਅਤੇ ਫੋਰਥ ਕਲਾਸ 'ਚ ਪੜ੍ਹਦੇ ਪੜ੍ਹਦੇ ਅਤੇ ਫਿਰ ਸਟੈਪ ਬਾਏ ਸਟੈਪ ਪ੍ਰੈਕਟਿਸ ਕਰਦੇ ਕਰਦੇ ਕਿੱਥੇ ਕਿੱਥੇ ਗਏ ਅਤੇ ਕਰਦੇ ਰਹੇ ਅਤੇ ਉਸ ਤਰ੍ਹਾਂ ਮੈਂ ਕੰਪੀਟੀਸ਼ਨ ਜੇ ਗੱਲ ਕਰੀਏ ਪੰਜਾਬ ਦੇ ਹਰਿਆਣਾ ਜਾਂ ਕਿਤੇ ਵੀ ਹੁੰਦੇ ਸੀ ਤਾਂ 80-90 ਦੇ ਕਰੀਬ ਕੰਪੀਟੀਸ਼ਨ ਮੈਂ ਜਿੱਤੇ ਨੇ ਅਤੇ ਉਸ ਤੋਂ ਬਾਅਦ 2013-14 ਤੋਂ ਆਪਣੇ ਮੋਹਾਲੀ ਵਿਖੇ ਮਾਵੀ ਦਸਤਾਰ ਗੱਡੀ ਚਲਾ ਰਹੇ ਜੀ ਅਤੇ ਹੁਣ ਬਤੌਰ ਜੱਜ ਸੇਵਾ ਨਿਭਾ ਰਹੇ ਜੀ ਪਹਿਲੀ ਕੰਪੀਟੀਸ਼ਨ ਅਤੇ ਦਸਤਾਰ ਅਤੇ ਪੂਰੀ ਇੰਡੀਆ ਇੱਧਰ ਦਸਤਾਰ ਦੇ ਖੇਤਰ ਦੀਆਂ ਪ੍ਰਾਪਤੀਆਂ ਹੋ ਗਈਆਂ ਅਤੇ ਇਸ ਦੇ ਨਾਲ ਨਾਲ ਮੈਂ ਪੈਰਾਲੰਪਿਕ ਕਮੇਟੀ ਆਫ ਇੰਡੀਆ ਦੇ ਵੱਲੋਂ ਇੰਡੀਆ ਨੂੰ ਰੀਪ੍ਰਜੈਂਟ ਕਰਦਾ ਜੀ ਮੈਂ ਡਿਸਕਸ ਥਰੋ ਦਾ ਪਲੇਅਰ ਹਾਂ ਅਤੇ ਨੈਸ਼ਨਲ ਮੈਡਲਿਸਟ ਹਾਂ 2010 ਤੋਂ ਲਗਾਤਾਰ ਮੈਂ ਗੇਮ ਕਰ ਰਿਹਾ ਜੀ ਅਤੇ ਇਸ ਵਾਰੀ ਵਰਲਡ ਚੈਂਪੀਅਨਸ਼ਿਪ ਗਰਾਊਂਡ ਵਿੱਚ ਵੀ ਖੇਡ ਕੇ ਆਇਆ ਬੀਜਿੰਗ ਚਾਈਨਾ ਵਿਖੇ ਹੋਈ ਵੀ ਜੀ ਅਤੇ ਹੁਣ ਪ੍ਰੈਕਟਿਸ ਕਰ ਰਹੇ ਜੀ ਅਗਲੇ ਸਾਲ ਏਸ਼ੀਅਨ ਗੇਮਾਂ ਵਾਸਤੇ ਮੈਂ ਸੋਚਦਾ ਵੀ ਪੰਜਾਬੀਅਤ ਅਤੇ ਪੰਜਾਬ ਦਾ ਨਾਂ ਵੀ ਮੈਂ ਉੱਤੇ ਲੈ ਕੇ ਆਵਾਂ ਡਿਸਕਸ ਥਰੋ ਦੇ ਵਿੱਚ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਵੀਰਾਂ ਭੈਣਾਂ ਨੂੰ ਜੋ ਹੈਂਡੀਕੈਪਟ ਨੇ ਜਾਂ ਕਿਸੇ ਹਾਦਸੇ 'ਚ ਹੋ ਜਾਂਦੇ ਨੇ ਜਾਂ ਕਿਵੇਂ ਬਚਪਨ ਤੋਂ ਜਾਂ ਕਿਵੇਂ ਵੀ ਨੇ ਅਤੇ ਉਹ ਨਿਰਾਸ਼ ਨਾ ਹੋਣ ਉਹ ਹਿੰਮਤ ਹਾਰ ਜਾਂਦੇ ਨੇ ਉਹਨਾਂ ਦਾ ਕੌਨਫੀਡੈਂਸ ਲੈਵਲ ਕਿਤੇ ਨਾ ਕਿਤੇ ਲੋਅ ਹੁੰਦਾ ਉਹ ਸਮਾਜ 'ਚ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦੇ ਨੇ
ਪਰ ਇੱਦਾਂ ਦੀ ਗੱਲ ਨਹੀਂ, ਤੁਸੀਂ ਹਿੰਮਤ ਰੱਖੋ, ਹਿੰਮਤ ਨਾਲ ਸਾਰਾ ਕੁਝ ਮਿਲਦਾ ਜੀ। ਅਤੇ ਜ਼ਿੰਦਗੀ ਸੰਘਰਸ਼ ਦਾ ਨਾਮ ਆ, ਜ਼ਿੰਦਗੀ ਇਹ ਨਹੀਂ ਆਪਾਂ ਰੱਬ ਨੇ ਆਪਾਂ ਨੂੰ ਜਨਮ ਦਿੱਤਾ ਅਤੇ ਆਪਾਂ ਖਾ ਕੇ ਖਾ ਕੇ ਚਲੇ ਨਹੀਂ, ਇੱਥੇ ਆਇਆਂ ਤਾਂ ਕੁਛ ਕਰਕੇ ਆ। ਮੈਂ ਧੰਨਵਾਦ ਕਰਦਾ ਜੀ ਸਮੁੱਚੀ ਸਰਦਾਰੀਆਂ ਟਰੱਸਟ ਦੀ ਟੀਮ ਦਾ ਅਤੇ ਪ੍ਰਧਾਨ ਸਤਨਾਮ ਸਿੰਘ ਦਾਉੜੀਖਾਨਾ ਦਾ, ਜੋ ਮੇਰੇ ਜਜ਼ਬਾਤ, ਮੇਰੀ ਗੱਲ ਅਤੇ ਮੇਰੇ ਦਸਤਾਰ ਨੂੰ ਲੋਕਾਂ ਅੱਗੇ ਲੈ ਕੇ ਆਏ, ਅਤੇ ਮੈਂ ਚਾਹੁੰਦਾ ਵੀ ਟੀਮ ਇੱਦਾਂ ਦੀ ਇੱਦਾਂ ਦੇ ਜਾਂ ਹੋਰ ਉਪਰਾਲੇ ਕਰਦੀ ਰਹੇ।